ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਅਪਡੇਟਸ ਅਤੇ ਅਪਡੇਟਸ ਦੇ ਵਿੱਚ ਅਗਲੀ ਖਬਰ ਆ ਰਹੀ ਹੈ ਬਟਾਲਾ ਤੋਂ, ਜਿੱਥੇ ਇੱਕ ਪ੍ਰਸ਼ਾਸਨ ਦੀ ਗਲਤੀ ਕਰਕੇ ਇੱਕ ਵੱਡਾ ਹਾਦਸਾ ਹੁੰਦਾ ਟਲਿਆ, ਜਿੱਥੇ ਬੱਸ ਅਤੇ ਟਰੈਕਟਰ ਦੀ ਆਮਣੇ ਸਾਹਮਣੇ ਦੀ ਟੱਕਰ ਹੋਈ। 25 ਤੋਂ ਵੱਧ ਵਿਅਕਤੀ ਇਸ ਦੇ ਵਿੱਚ ਜ਼ਖਮੀ ਹੋਏ ਨੇ। ਇਹ ਪੂਰਾ ਹਾਦਸਾ ਕਿੱਦਾਂ ਵਾਪਰਿਆ, ਆਓ ਆਪਣੀ ਰਿਪੋਰਟ ਨਾਲ ਗੱਲ ਕਰਦੇ ਹਾਂ ਸੁਖਦੇਵ ਰੰਧਾਵਾ ਜੀ ਦੇ ਨਾਲ। ਹਾਂਜੀ ਸੁਖਦੇਵ ਜੀ, ਕੀ ਹੈ ਪੂਰਾ ਮਾਮਲਾ? ਹਾਂ ਜੀ, ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਬੱਸ ਹੈ ਉਹ ਜੰਮੂ ਤੋਂ ਪੱਟੀ ਵਾਇਆ ਅੰਮ੍ਰਿਤਸਰ ਜਾ ਰਹੀ ਸੀ ਜੀ। ਬੱਸ ਆ PB20AQ9464 ਤੇ ਜਿਹੜਾ ਟਰੱਕ ਸੀ ਉਹ ਬਟਾਲੇ ਤੋਂ ਗੁਰਦਾਸਪੁਰ ਨੂੰ ਜਾ ਰਿਹਾ ਸੀ, ਜਿਸ ਦਾ PB35N9916 ਜਿਹੜਾ ਸੀ, ਇਹਨਾਂ ਡਰਾਈਵਰ ਸਾਈਡ ਤੋਂ ਜਿਹੜੀ ਆ ਬੱਸ ਦੇ ਸਿੱਧੀ ਵਿੱਚ ਟੱਕਰ ਮਾਰੀ ਹੈ, ਤੇ ਜਿਹਦੇ ਨਾਲ ਜਿਹੜੀਆਂ ਸਵਾਰੀਆਂ ਸੀ ਉਹ 25 ਜ਼ਖਮੀ ਹੋ ਗਈਆਂ ਸੀ। ਇਹ ਕੱਲ ਸ਼ਾਮ ਦਾ, ਦੇਰ ਸ਼ਾਮ ਦਾ ਵਾਕਿਆ ਵਾ, ਤੇ ਜਿਹਦੇ ਵਿੱਚ ਡਰਾਈਵਰ ਚਰਨਜੀਤ ਸਿੰਘ ਦਿਲਾਵਰਪੁਰ ਦਾ ਸੀ, ਕਨੈਕਟਰ ਸੀ ਵਿਸ਼ਾਲ ਦੀ ਪੱਟੀ ਦਾ, ਉਹ ਤੇ ਜਿਹੜੀਆਂ 25 ਸਵਾਰੀਆਂ ਜ਼ਖਮੀ ਹੋ ਗਈਆਂ, ਜਿਹਨਾਂ ਨੂੰ ਵੱਖ ਵੱਖ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਦਾਖਲ ਕਰਾ ਦਿੱਤਾ ਗਿਆ। ਜਦੋਂ ਛਾਣਬੀਨ ਕੀਤੀ ਪਤਾ ਲੱਗਿਆ ਕਿ ਡਰਾਈਵਰ ਦੋਨਾਂ ਵਾਹਨਾਂ ਦੇ ਕੋਈ ਨਸ਼ੇ ਚ ਤਾਂ ਨਹੀਂ ਸੀ, ਕਿਸ ਦੀ ਗਲਤੀ ਸੀਗੀ ਇਸ ਦੇ ਵਿੱਚ? ਇਹਦੇ ਵਿੱਚ ਗਲਤੀ ਜਿਹੜੀ ਆ ਉਹ ਜਿਹੜਾ ਟੱਕਰ ਹੈ ਇਹਦੀ ਗਲਤੀ ਸਾਹਮਣੇ ਆਈ ਆ, ਕਿਉਂਕਿ ਜਿਹੜੀ ਇੱਕ ਤਾਂ ਪ੍ਰਸ਼ਾਸਨ ਦੀ ਲਾਪਰਵਾਹੀ ਇਹ ਆ ਕਿ ਉਹ ਜਦ ਵੀ ਸੜਕ ਬਣਨੀ ਚਾਹੀਦੀ ਹੈ, ਨੈਸ਼ਨਲ ਹਾਈਵੇ ਹੈ, ਉਹ ਇੱਕ ਪਾਸੇ ਤੋਂ ਡਾਇਵਰਟ ਕਰਕੇ ਜਿਹੜਾ ਵਨ ਵੇ ਰੋਡ ਹੈ ਉਹਨੂੰ ਇਨਫੈਕਟ ਕਰ ਦਿੱਤਾ ਗਿਆ ਸੀ, ਜਿਹਦੇ ਵਿੱਚੋਂ ਵਾਹਨ ਆ ਵੀ ਰਹੇ ਸੀ ਜਾ ਵੀ ਰਹੇ ਸੀ, ਕਿਉਂਕਿ ਇੱਥੇ ਕਾਫੀ ਤਾਦਾਦ ਵਿੱਚ ਜਿਹੜੀਆਂ ਵਾਹਨ ਹੈ ਚੱਲਦੇ ਆ, ਤੇਜ਼ ਸਪੀਡ ਚ ਚੱਲਦੇ ਆ, ਤੇ ਇਹਦੇ ਵਿੱਚ ਨੈਸ਼ਨਲ ਹਾਈਵੇ ਹੋਣ ਕਾਰਨ ਇੱਕ ਸਾਈਡ ਤੇ ਜਿਹੜੀ ਆ ਬਹੁਤ ਜ਼ਿਆਦਾ ਟ੍ਰੈਫਿਕ ਹੋ ਜਾਂਦੀ ਆ, ਇਸੇ ਕਰਕੇ ਜਿਹੜਾ ਇਹ ਪ੍ਰਸ਼ਾਸਨ ਦੀ ਸ਼ਾਇਦ ਲਾਪਰਵਾਹੀ ਆ ਸਾਹਮਣੇ ਆਈ ਆ ਜਿਹੜਾ ਇਹ ਹਾਦਸਾ ਵਾਪਰਿਆ। ਠੀਕ ਹੈ, ਇਹ ਦੁਖਦਾਈ ਖਬਰ ਜਿਹੜੀ ਆ ਜ਼ਰੂਰ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਤੇ ਜ਼ਰੂਰ ਉਤਪੰਨ ਹੋਈ ਆ, ਪਰ ਇਹ ਗਏ ਆ ਵੀ ਇਹਦੇ ਵਿੱਚ ਕੋਈ ਕੀਮਤੀ ਜਾਨ ਜਿਹੜੀ ਆ ਉਹ ਅਜੇ ਤੱਕ ਨਹੀਂ ਗਈ। ਤੇ ਪ੍ਰਸ਼ਾਸਨ ਅਧਿਕਾਰੀਆਂ ਨਾਲ ਕਿਸੇ ਨਾਲ ਗੱਲ ਕੀਤੀ ਹੈ ਤੁਸੀਂ, ਉਹਨਾਂ ਦਾ ਕੀ ਕਹਿਣਾ ਇਸ ਹਾਦਸੇ ਨੂੰ ਲੈ ਕੇ? ਹਾਂ, ਪ੍ਰਸ਼ਾਸਨ ਤਾਂ ਇਹੀ ਕਹਿ ਰਿਹਾ ਸੀ, ਸਾਨੂੰ ਇਸ ਬਾਰੇ ਪੂਰੀ ਇਨਫੋਰਮੇਸ਼ਨ ਨਹੀਂ ਦਿੱਤੀ ਗਈ, ਇਹ ਨੈਸ਼ਨਲ ਅਥਾਰਟੀ ਵੱਲੋਂ ਹੀ ਜਿਹੜਾ ਇੱਕ ਰੋਡ ਜਿਹੜਾ ਸੀ ਡਾਇਵਰਟ ਕੀਤਾ ਗਿਆ ਸੀ, ਤੇ ਨੈਸ਼ਨਲ ਅਥਾਰਟੀ ਦੀ ਐਂਬੂਲੈਂਸ ਤੇ ਜਿਹੜੇ ਸਥਾਨਕ ਲੋਕ ਨੇ ਉਹਨਾਂ ਦੀ ਮਦਦ ਦੇ ਨਾਲ ਹੀ ਜਿਹੜੇ ਇਹ ਜ਼ਖਮੀ ਸੀ ਉਹਨਾਂ ਨੂੰ ਵੱਖ ਵੱਖ ਹਸਪਤਾਲਾਂ ਦੇ ਵਿੱਚ ਜਿਹੜੇ ਇਲਾਜ ਜਿਹੜਾ ਸੀ ਉਹ ਲਗਾਇਆ ਗਿਆ, ਜਿੱਥੇ ਉਹਨਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਆ, ਤੇ ਖੁਦਾ ਨਾ ਖਾਸਤਾ ਜੇ ਕੋਈ ਇਸ ਤਰ੍ਹਾਂ ਦਾ ਸਾਹਮੋ ਸਾਹਮਣੇ ਟੱਕਰ ਹੋਈ ਹੈ ਤੇ ਇਹਦੇ ਵਿੱਚ ਜ਼ਰੂਰ ਪਰਮਾਤਮਾ ਦੀ ਕਿਰਪਾ ਰਹੀ ਹੈ, ਜਿਹਦੇ ਵਿੱਚ ਕੋਈ ਕੀਮਤੀ ਜਾਨ ਨਹੀਂ ਗਈ। ਤੇ ਜ਼ਖਮੀਆਂ ਨੂੰ ਕੋਈ ਕਿਸੇ ਨੇ, ਕੋਈ ਪ੍ਰਸ਼ਾਸਨਿਕ ਅਧਿਕਾਰੀ ਨੇ ਕੋਈ ਮੁਆਵਜ਼ਾ ਕੁਛ ਦੇਣ ਦੀ ਗੱਲ ਕੀਤੀ ਹੈ, ਹਜੇ ਤਾਂ ਕੁਛ ਸਾਹਮਣੇ ਆਇਆ ਅਜਿਹਾ? ਨਹੀਂ, ਇਸ ਦੇ ਵਿੱਚ ਤੇ ਕਿਸੇ ਨੇ ਨਾ ਕੋਈ ਨਿੱਕਾ ਜਿਹਾ ਵੀ ਹਾਦਸਾ ਹੋ ਜਾਂਦਾ ਜਦੋਂ ਪ੍ਰਸ਼ਾਸਨ ਦੇ ਸਾਹਮਣੇ ਆ ਜਾਂਦਾ ਜਿਹੜਾ ਕੋਈ, ਜਾਂ ਮੀਡੀਆ ਦੇ ਵਿੱਚ ਹਾਈਲਾਈਟ ਹੋ ਜਾਂਦਾ, ਉਹਦੇ ਵਿੱਚ ਤਾਂ ਜ਼ਰੂਰ ਪ੍ਰਸ਼ਾਸਨ ਜਿਹੜਾ ਵਾ ਜਾਂ ਸਰਕਾਰ ਆ ਉਹ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੀ ਹੈ, ਕੋਈ ਮੁਆਵਜ਼ਾ ਦੇਣ ਵਾਸਤੇ ਜਾਂ ਕੋਈ ਇਹੋ ਜਿਹੀ ਸਹਾਇਤਾ ਰਾਸ਼ੀ ਜ਼ਰੂਰ ਕਰ ਦਿੰਦੀ ਹੈ, ਪਰ ਇਹਦੇ ਵਿੱਚ ਕਿਸੇ ਨੇ ਵੀ ਕੋਈ ਰਿਸਕ ਨਹੀਂ ਲਿਆ, ਕਿਸੇ ਨੇ ਕੋਈ ਇਹੋ ਜਿਹਾ ਬਿਆਨ ਨਹੀਂ ਦਾ ਗਿਆ ਕਿ ਜਿਹਦੇ ਵਿੱਚ ਕਿਸੇ ਨੂੰ ਰਾਹਤ ਜਾਂ ਮਿਲ ਸਕੇ, ਪਰ ਸ਼ਾਇਦ ਇਲਾਜ ਜਿਹੜਾ ਇਲਾਜ ਜ਼ਖਮੀਆਂ ਦਾ ਚੱਲ ਰਿਹਾ ਹੈ ਉਹ ਪ੍ਰਸ਼ਾਸਨ ਵੱਲੋਂ ਕਰਵਾਇਆ ਜਾ ਰਿਹਾ ਹੈ ਜਾਂ ਜ਼ਖਮੀ ਜਿਹੜੇ ਨੇ ਉਹ ਆਪ ਆਪਣਾ ਇਲਾਜ ਕਰਵਾ ਰਹੇ ਨੇ? ਹਾਂ, ਇੱਥੇ ਜ਼ਰੂਰ ਦੱਸਣਯੋਗ ਹੈ ਕਿ ਜਿਹੜੇ ਹਸਪਤਾਲ ਦੇ ਡਾਕਟਰ ਨੇ ਉਹਨਾਂ ਵੱਲੋਂ ਬੜੀ ਤੇਜ਼ੀ ਨਾਲ ਜਿਹੜਾ ਇਲਾਜ ਸੀ ਉਸ ਵਕਤ ਸ਼ੁਰੂ ਕਰ ਦਿੱਤਾ ਗਿਆ, ਵੱਖ ਵੱਖ ਜਿਹੜੀਆਂ ਟੀਮਾਂ ਬਣਾ ਕੇ ਹਰ ਇੱਕ ਜ਼ਖਮੀ ਦੇ ਕੋਲ ਜਿਹੜਾ ਸੀ ਉਹ ਡਾਕਟਰ ਖੁਦ ਜਿਹੜਾ SMO ਸੀ ਜਾਂ ਕੋਈ ਉੱਚ ਅਧਿਕਾਰੀ ਸੀ ਉਹ ਜਾ ਕੇ ਉਹਦੀ ਪੁੱਛ ਪੜਤਾਲ ਕਰ ਰਿਹਾ ਸੀ। ਜੀ ਪ੍ਰੀਤ, ਬਹੁਤ ਬਹੁਤ ਧੰਨਵਾਦ, ਤੁਸੀਂ ਖਬਰ ਤੇ ਨਜ਼ਰ ਬਣਾਏ ਰੱਖੋ, ਬਹੁਤ ਜਲਦ ਤੁਹਾਡੇ ਕੋਲ ਹੋਰ ਅਪਡੇਟਸ ਵਾਸਤੇ ਆਵਾਂਗੇ, ਧੰਨਵਾਦ। ਸੋ ਇਹ ਤਾਂ ਸੀ ਬਟਾਲਾ ਤੋਂ ਅਪਡੇਟ, ਜਿੱਥੇ ਪ੍ਰਸ਼ਾਸਨ ਦੀ ਲਾਪਰਵਾਹੀ ਕਰ ਗਏ ਕਿਉਂਕਿ ਇੱਕ ਰੋਡ ਨੂੰ ਡਾਇਵਰਟ ਕਰ ਦਿੱਤਾ ਗਿਆ ਸੀ, ਇੱਕੋ ਹੀ ਸੜਕ ਦੇ ਉੱਤੇ ਵਾਹਨ ਆ ਵੀ ਰਹੇ ਸੀ ਤੇ ਜਾ ਵੀ ਰਹੇ ਸੀ, ਜਿੱਥੇ ਆਹਮਣੇ ਸਾਹਮਣੇ ਦੀ ਟੱਕਰ ਹੋਈ ਬੱਸ ਅਤੇ ਟਰੱਕ ਦੇ ਵਿੱਚ 25 ਸਵਾਰੀਆਂ ਜਿੱਥੇ ਜ਼ਖਮੀ ਹੋਈਆਂ ਨੇ, ਪਰ ਹਸਪਤਾਲ ਵਾਲਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਸੰਗਿਆਨ ਲਿੱਤਾ ਅਤੇ ਧਿਆਨ ਰੱਖਿਆ ਹੈ ਇਹਨਾਂ ਦਾ ਜੋ ਜ਼ਖਮੀ ਨੇ। ਪਰ ਸੋਚਣ ਵਾਲੀ ਗੱਲ ਹੈ ਕਿ ਅਗਰ ਮੀਡੀਆ ਦੇ ਵਿੱਚ ਜਿਹੜੀਆਂ ਖਬਰਾਂ ਉੱਛਲਦੀਆਂ ਨੇ ਜਾਂ ਜਿਹੜੀਆਂ ਖਬਰਾਂ ਨੂੰ ਲਾਈਮਲਾਈਟ ਮਿਲਦੀ ਹੈ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਬਹੁਤ ਜਲਦ ਪਹੁੰਚ ਜਾਂਦੇ ਨੇ, ਪਰ ਇੰਨਾ ਵੱਡਾ ਹਾਦਸਾ ਹੁੰਦਾ ਟਲਿਆ ਕਿ ਕਿਸੇ ਦੀ ਜਾਨ ਨਹੀਂ ਗਈ ਪਰ 25 ਵਿਅਕਤੀ ਜ਼ਖਮੀ ਹੋਏ ਨੇ, ਪਰ ਉਹਨਾਂ ਦਾ ਹਾਲ ਚਾਲ ਪੁੱਛਣ ਵਾਸਤੇ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਪੁੱਜਿਆ। ਇਹ ਤਾਂ ਸੀ ਹੁਣ ਤੱਕ ਦੀਆਂ ਅਪਡੇਟਸ, ਬਾਕੀ ਅਪਡੇਟਸ ਲੈ ਕੇ ਜਲਦ ਹਾਜ਼ਰ ਹੋਵਾਂਗਾ, ਤੁਸੀਂ ਬਣੇ ਰਹੋ ਏਵਨ ਪੰਜਾਬੀ ਦੇ ਨਾਲ।